ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਅੰਮ੍ਰਿਤ ਭਿੰਡਰ ਵੱਲੋਂ ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਆਲਮੀ ਖਬਰਾਂ। ਬੀਤੇ 2 ਮਹੀਨੇ ਤੋਂ ਹਾਂਗਕਾਂਗ 'ਚ ਹਵਾਲਗੀ ਬਿੱਲ ਦੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਹਾਂਗਕਾਂਗ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਮੁਕੰਮਲ ਤੌਰ 'ਤੇ ਹਾਂਗਕਾਂਗ ਬੰਦ ਕਰਨ ਦੀ ਹੜਤਾਲ 'ਚ ਬਹੁਤ ਸਾਰੇ ਸਿਵਲ ਅਧਾਰਿਆਂ ਦੇ ਕਰਮਚਾਰੀਆਂ ਵੱਲੋਂ ਸਹਿਯੋਗ ਦਿੱਤਾ ਗਿਆ। ਬੰਦ ਦੌਰਾਨ ਹਾਂਗਕਾਂਗ ਦੀ ਸੜਕੀ ਅਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹਿਣ ਨਾਲ ਏਅਰਪੋਰਟ 'ਤੇ 200 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਅਤੇ ਬਹੁਤ ਸਾਰੀਆਂ ਦੇਰੀ ਹੋਣ ਕਾਰਨ ਹਵਾਈ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਏਅਰਪੋਰਟ ਟ੍ਰੈਫਿਕ ਕੰਟਰੋਲ ਦੇ ਬਹੁਤ ਸਾਰੇ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਸਮਰਥਨ ਕਰਨ 'ਚ ਦੁਨੀਆ ਦੇ ਸਭ ਤੋਂ ਵੱਧ ਰੁਝਾਵੇਂ ਵੇਲੇ ਏਅਰਪੋਰਟ ਦੇ 2 ਵਿੱਚੋਂ 1 ਟਰਮੀਨਲ ਬੰਦ ਕਰਨਾ ਪਿਆ। ਨਿਜ਼ਾਮਾਬਾਦ ਹੈਦਰਾਬਾਦ ਦੇ ਇੱਕ ਕਿਸਾਨ ਨੇ ਆਪਣੀ ਪਤਨੀ ਕੋਲੋਂ ਉਧਾਰ ਪੈਸੇ ਲੈ ਕੇ ਦੁਬਈ 'ਚ 1 ਲਾਟਰੀ ਪਾਈ ਸੀ, ਜਿਸ 'ਚ ਹੁਣ ਉਸ ਦੀ ਟਿਕਟ ਦਾ ਨੰਬਰ ਲੱਗਣ ਦੇ ਉਸ ਨੇ 28 ਕਰੋੜ ਰੁਪਏ ਜਿੱਤੇ ਹਨ। ਲਾਟਰੀ ਦੀ ਕੀਮਤ 20,000 ਰੁਪਏ ਸੀ। ਗਲਫ ਨਿਊਜ਼ ਦੀ ਰਿਪੋਰਟ ਅਨੁਸਾਰ ਫਿਲਹਾਲ ਹੈਦਰਾਬਾਦ 'ਚ ਮੌਜੂਦ ਵਿਲਾਸ ਰਿਕਾਲਾ ਨੇ ਬਿੱਗ ਟਿਕਟ ਲਾਟਰੀ 'ਚ 15 ਮਿਲੀਅਨ ਦਰਾਮ ਮਤਲਬ $40.8 ਦਾ ਇਨਾਮ ਜਿੱਤਿਆ ਹੈ। ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਬੀਤੀ ਰਾਤ ਨੌਜਵਾਨ ਕਲਾਕਾਰ ਕਰਨ ਔਜਲਾ ਦੇ ਦੀਪ ਜੰਡੂ ਵੱਲੋਂ ਚੱਲ ਰਹੇ ਸ਼ੋਅ ਵਿੱਚ ਕੁਝ ਦਰਸ਼ਕਾਂ ਵੱਲੋਂ ਜਦੋਂ ਭੰਗੜਾ ਪਾਉਣਾ ਸ਼ੁਰੂ ਕੀਤਾ ਗਿਆ ਅਤੇ ਹੌਲੀ ਹੌਲੀ ਵੱਧਦਾ ਇਹ ਸਭ ਕੁਝ ਪ੍ਰਬੰਧਕਾਂ ਦੇ ਹੱਥ 'ਚੋਂ ਬਾਹਰ ਜਾਂਦਾ ਰਿਹਾ। ਹਾਲਾਤ 'ਤੇ ਕਾਬੂ ਕਰਨ ਲਈ ਹਾਲ ਦੀ ਮੈਨੇਜਰ ਗੌਰੀ ਨੇ ਸਟੇਜ ਉੱਪਰ ਆ ਕੇ ਪ੍ਰੋਗਰਾਮ ਬੰਦ ਕਰਨ ਦੀ ਚੇਤਾਵਨੀ ਦਿੱਤੀ, ਪਰ ਇਸ ਰੋਲੇ ਗੋਲੇ 'ਚ ਕੁਝ ਦਰਸ਼ਕ ਆਪਸ ਵਿੱਚ ਉਲਝ ਗਏ। ਸੁਰੱਖਿਆ ਕਰਮੀਆਂ ਨੂੰ ਰੋਕਣ ਲਈ ਦਾਖਲ ਦੇਣਾ ਪਿਆ। ਇਸ ਧੱਕਾਮੁੱਕੀ 'ਚ ਜਿੱਥੇ ਇੱਕ ਨੌਜਵਾਨ ਦੀ ਪੱਗ ਲੱਥੀ, ਉੱਥੇ ਹੀ ਹਾਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੱਦ ਲਿਆ। ਇੱਥੇ ਵਰਣਨਯੋਗ ਹੈ ਕਿ ਇੱਥੇ ਕਈ ਹਾਲ ਅਤੇ ਪ੍ਰਬੰਧਕ ਪੰਜਾਬੀ ਭਾਈਚਾਰੇ ਨੂੰ ਹਾਲ ਦੇਣ ਤੋਂ ਕਿਨਾਰਾ ਕਰਦੇ ਹਨ, ਕਿਉਂਕਿ ਕੁਝ ਲੋਕ ਪੰਜਾਬੀ ਪ੍ਰੋਗਰਾਮ 'ਚ ਆਪਣੀ ਜਾਤ ਦੁਸ਼ਮਣੀ ਕਾਰਨ ਸਾਰੇ ਮਾਹੌਲ ਨੂੰ ਖਰਾਬ ਕਰ ਦਿੰਦੇ ਹਨ। ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਨਸਨ ਦੇ ਅਹੁਦਾ ਸੰਭਾਲਣ ਤੋਂ 2 ਹਫ਼ਤੇ ਬਾਅਦ ਸਕਾਟਲੈਂਡ ਦੇ ਵੱਖ ਹੋਣ ਦੇ ਅਸਾਰ ਵਧਣ ਦੀ ਖਬਰ ਆਈ ਹੈ। ਖਬਰਾਂ ਅਨੁਸਾਰ ਜੇ ਇੱਕ ਨਵਾਂ ਜਨਮਤ ਕਰਵਾਇਆ ਗਿਆ ਤਾਂ ਸਕਾਟਲੈਂਡ ਵਾਸੀ ਆਜ਼ਾਦ ਹੋਣ ਦੇ ਹੱਕ 'ਚ ਫਤਵਾ ਦੇਣਗੇ। ਨਵੇਂ ਸਰਵੇਖਣ ਅਨੁਸਾਰ 46% ਸਕਾਟਲੈਂਡ ਦੇ ਲੋਕ UK ਨੂੰ ਛੱਡਣ ਦੇ ਹੱਕ 'ਚ ਹਨ, ਜਦਕਿ 43% UK 'ਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਮਾਰਚ 2017 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜਦੋਂ ਆਜ਼ਾਦੀ ਦੇ ਹੱਕ 'ਚ ਇਸ ਤਰ੍ਹਾਂ ਦੀ ਖਬਰ ਆਈ ਹੈ। ਕਾਇਰਾ 'ਚ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਵਾਹਨ ਦੇ ਹੋਰ ਵਾਹਨਾਂ ਨਾਲ ਟਕਰਾਉਣ ਨਾਲ ਹੋਏ ਧਮਾਕੇ ਦੇ ਚੱਲਦਿਆਂ ਘੱਟ ਤੋਂ ਘੱਟ 17 ਲੋਕ ਮਾਰੇ ਗਏ। ਇਸ ਘਟਨਾ 'ਚ 32 ਹੋਰ ਲੋਕ ਜ਼ਖਮੀ ਹੋਏ। ਮਿਸਰ ਦੇ ਇੱਕ ਮੰਤਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਖਬਰ ਏਜੰਸੀ FA ਮੁਤਾਬਿਕ ਸਿਹਤ ਮੰਤਰੀ ਹਾਲਾ ਜਾਇਦ ਨੇ ਐਤਵਾਰ ਰਾਤ ਇੱਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਜ਼ਖਮੀਆਂ 'ਚ 5 ਦੀ ਹਾਲਤ ਗੰਭੀਰ ਹੈ। ਲੜਕੇ ਨੂੰ ਲੰਡਨ ਬ੍ਰਿਜ ਸਟੇਸ਼ਨ ਨੇੜੇ ਬੈਕ ਸਾਈਡ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਗਿਆ। ਇਸ ਮਾਮਲੇ 'ਚ ਇੱਕ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਜ਼ਖਮੀ ਹਾਲਤ 'ਚ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਖਬਰਾਂ ਅਨੁਸਾਰ ਬੱਚੇ ਦੀ ਗੰਭੀਰ ਸੱਟਾਂ ਲੱਗੀਆਂ ਹਨ, ਪਰ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਅਮਰੀਕਾ ਦੇ ਨਾਲ ਲੱਗਦੇ ਸ਼ਹਿਰ ਵੈਨਕੂਵਰ ਕੈਨੇਡਾ 'ਚ ਨਾਰਥ ਅਮਰੀਕਾ ਦੇ ਸੀਨੀਅਰ ਵਰਗ 'ਚ ਮੁਕਾਬਲੇ ਸਿਆਟਲ ਦੇ ਮੈਨੇਜਰ ਸਕੱਤਰ ਸਿੰਘ ਸੰਧੂ ਨੇ ਦੱਸਿਆ ਕਿ ਅਮਰੀਕਾ ਕੈਨੇਡਾ ਦੀਆਂ 10 ਮੁੱਖ ਭੰਗੜਾ ਟੀਮਾਂ ਨੂੰ ਜ਼ੋਰ ਅਜਮਾਈ ਕੀਤੀ ਗਈ, ਪਰ ਕੋਚਾਂ ਹਰਮੀਤ ਧਾਲੀਵਾਲ, ਅਰਜਨ ਸਹੋਤਾ ਅਤੇ ਕੈਨੀ ਸਹੋਤਾ ਦੀ ਮਿਹਨਤ ਰੰਗ ਲਿਆਈ ਹੈ। ਕੈਲਗਰੀ 'ਚ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਗੱਦਰੀ ਬਾਬਿਆਂ ਦਾ 19ਵਾਂ ਯਾਦਗਿਰੀ 3 ਰੋਜ਼ਾ ਮੇਲਾ ਅੱਜ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਗੀਤ ਸੰਗੀਤ ਦੇ ਖੁੱਲ੍ਹੇ ਅਖਾੜੇ ਵੀ ਕਵਿਸਰੀ ਦੇ ਰੰਗਾਂ 'ਚ ਰੰਗਿਆ ਇਹ ਮੇਲਾ ਆਪਣੇ ਸਿਖਰ 'ਤੇ ਪਹੁੰਚਿਆ। ਆਖਰੀ ਦਿਨ ਕੈਲਗਰੀ ਦੀਆਂ 2 ਨਾਮਵਰ ਸ਼ਖਸੀਅਤਾਂ ਡਾਕਟਰ ਨਾਰੰਗ ਸਿੰਘ ਮਾਂਗਟ ਅਤੇ ਡਾਕਟਰ ਸੁਖਵਿੰਦਰ ਸਿੰਘ ਬਰਾੜ ਨੂੰ ਉਹਨਾਂ ਦੀਆਂ ਸਮਾਜਿਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਡੈਨ ਸਿੱਧੂ ਨੇ ਸਨਮਾਨਿਤ ਸ਼ਖਸੀਅਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ
जतिंदर सिंह सहेड़ी अते मनजीत सिंह नभाई। मैंबर पार्लीमेंट दर्शन सिंह कंग अते MLA दविंदर तुर सारा समा मेले च लोगों नूं मिलदे रहे। अंत च ब्रह्म प्रकाश सिंह लड्डू ने मेले च शामिल लोगों नूं धन्नवाद किया। पंजाबी सत्थ अते ऊर्जा फाउंडेशन वल्लों इत्थे साहित्यक शाम का प्रबंध किया गया, जिस च भारत के आए लेखकों नूं विशेष तौर पर शिरकत की। कुलजीत कौर वल्लों पहुँचे हुए सारे मेहमानों नाल जान पछाण करवाई गई अते पहचान ते सब दा धन्नवाद किया गया। साहित्यकारां वल्लों अपनियां रचनावां नाल अते अपनी जिंदगी दे तजुर्बे सांझे कीते। दोस्तो, तुसी धन्नवाद दे पात्र हो कि तुसी हर रोज़ गल पंजाब दी टीवी वेखदे हो। जिन्हां ने चैनल नूं यूट्यूब ते सबसक्राइब कर लिया है उन्हां दे असी शुक्रगुजार हाँ। जिन्हां ने नहीं किया उन्हां नूं बेनती है कि अपना चैनल सबसक्राइब जरूर करो अते रोजाना नोटिफिकेशन वास्ते बैल आइकन जरूर दबाओ ता कि तुहानूं नवे अपडेट मिलते रहन। हुण देवो मैनूं इजाजत, वेखते रहो गल पंजाब दी टीवी, गल साडी ते साडी सारयां दी।